ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂਬਰ ਜੀਤ ਕੌਰ ਸੰਧ ਦੀ ਸਵਾਗਤ ਕਰਦੀ ਹਾਂ ਜੀ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਆਏ ਹਾਂ ਜੀ ਡੈਰਗਮੋ ਐਨੀਮਲ ਹਾਊਸ, ਜਿੱਥੇ ਕਿ ਬਹੁਤ ਸਾਰੇ ਐਨੀਮਲ ਰੱਖੇ ਹੋਏ ਨੇ। ਮੇਰੇ ਅੱਜ ਦੇ ਵਲੌਗ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋਣਗੇ, ਕਿਉਂਕਿ ਬੱਚਿਆਂ ਨੂੰ ਇਹ ਸਾਰਾ ਵਲੌਗ ਦੇਖ ਕੇ ਬਹੁਤ ਵਧੀਆ ਲੱਗਣ ਵਾਲਾ ਹੈ। ਬੱਚਿਆਂ ਨੂੰ ਸਾਰੇ ਹੀ ਜਾਨਵਰ ਬਹੁਤ ਪਸੰਦ ਹੁੰਦੇ ਨੇ, ਮੈਂ ਸਾਰੇ ਜਾਨਵਰ ਕੋਸ਼ਿਸ਼ ਕਰੂੰਗੀ ਕਿ ਦਿਖਾ ਪਾਵਾਂ। ਹਾਂਜੀ ਜੀ, ਮੇਰੀ ਬੇਟੀ ਤੇ ਚਲੋ ਜੀ ਬਣੇ ਰਹੋ ਸਾਡੇ ਨਾਲ, ਤੁਸੀਂ ਵੀ ਦੇਖੋ ਇੱਥੇ ਕਿਹੜੇ ਕਿਹੜੇ ਜਾਨਵਰ ਰੱਖੇ ਹੋਏ ਨੇ। ਆ ਜਾਓ ਜੀ ਚੱਲਦੇ ਹਾਂ ਫਿਰ। ਆ ਦੇਖੋ ਜੀ ਕਿੰਨਾ ਸੋਹਣਾ ਮੋਰ, ਕਿੰਨਾ ਪਿਆਰਾ ਬੈਠਾ ਦੇਖ ਰਿਹਾ ਹੈ। ਇਹ ਹੈਗਾ ਜੀ ਜੈਬਰਾ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਬਹੁਤ ਇਕੱਲਾ ਫੀਲ ਕਰ ਰਿਹਾ। ਇਹ ਜੋ 19 ਅਪ੍ਰੈਲ 1981 ਵਿੱਚ ਬਣਾਇਆ ਗਿਆ, ਇਹ ਪ੍ਰਵਿੰਚਾ ਦੀ ਬੈਰਗਮੋ ਵਿੱਚ ਬਣਿਆ ਸਭ ਤੋਂ ਪਹਿਲਾ ਐਨੀਮਲ ਪਾਰਕ ਹੈਗਾ ਜੀ। ਇਸ ਨੂੰ ਬਣਾਉਣ ਦੀ ਜ਼ਰੂਰਤ ਤਾਂ ਪਈ ਕਿਉਂਕਿ ਜੋ ਵੀ ਐਨੀਮਲ ਇਹ ਜੋ ਪਾਰਕ ਵਿੱਚ ਰੱਖੇ ਹੋਏ ਹਨ, ਇਹਨਾਂ ਦੀ ਪ੍ਰਜਾਤੀ ਹੁਣ ਬਹੁਤ ਘੱਟ ਰਹਿ ਗਈ ਹੈ। ਇਹਨਾਂ ਜਾਨਵਰਾਂ ਦੀਆਂ ਨਸਲਾਂ ਵਿੱਚ ਕਮੀ ਆਉਣ ਕਾਰਨ ਇਵੇਂ ਦੇ ਪਾਰਕ ਪੂਰੀ ਦੁਨੀਆ ਵਿੱਚ ਬਣੇ ਹੋਏ ਹਨ ਤਾਂ ਜੋ ਕਿ ਇਹ ਬਚੇ ਰਹਿਣ। ਇਹ ਪਾਰਕ ਯੂਰਪੀਅਨ ਐਸੋਸੀਏਸ਼ਨ ਆਫ ਜ਼ੂ ਐਂਡ ਐਕੁਆਰੀਆ ਦੀ ਮੈਂਬਰ ਹੈ, ਜਿਸ ਕਾਰਨ ਯੂਰਪ ਦੇ ਸਾਰੇ ਜ਼ੂ ਇੱਕ ਦੂਜੇ ਨਾਲ ਅਟੈਚ ਨੇ। ਇਹ ਜੋ ਜਗ੍ਹਾ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ, ਇਹ ਸਪੈਸ਼ਲੀ ਕਛੂਕੁੰਮਿਆਂ ਲਈ ਬਣਾਈ ਗਈ ਹੈ। ਇਸ ਦਾ ਇਨਵਾਇਰਮੈਂਟ ਬਿਲਕੁਲ ਉਸੇ ਤਰ੍ਹਾਂ ਬਣਾਇਆ ਗਿਆ ਹੈ ਜਿਸ ਤਰ੍ਹਾਂ ਇਹ ਨੋਰਮਲ ਨੇਚਰ ਵਿੱਚ ਰਹਿਣ ਦੇ ਆਦੀ ਹੁੰਦੇ ਹਨ। ਇਹਨਾਂ ਦੀ ਜ਼ਰੂਰਤ ਲਈ ਖਾਣਾ ਪਾਣੀ ਹਮੇਸ਼ਾ ਇੱਥੇ ਮੌਜੂਦ ਰਹਿੰਦਾ। ਜੋ ਤੁਸੀਂ ਦੇਖ ਰਹੇ ਹਾਂ ਜੀ, ਇਹ ਧਰਤੀ ਵਿੱਚ ਰਹਿਣ ਵਾਲੇ ਜੀਵ ਨੇ। ਇਹ ਰੇਤਲੀ ਜਗ੍ਹਾ 'ਤੇ ਰਹਿੰਦੇ ਨੇ। ਇਹਨਾਂ ਦੀ ਉਮਰ 30 ਸਾਲ ਤੋਂ 100 ਸਾਲ ਅਤੇ ਕਦੇ ਕਦੇ 150 ਸਾਲ ਤੱਕ ਦੀ ਹੁੰਦੀ ਹੈ। ਇਹ ਜਗ੍ਹਾ 1,26,000 ਮੀਟਰ ਸਕੁਏਅਰ ਦੀ ਹੈ, ਜਿਸ ਵਿੱਚ 120 ਡਿਫਰੈਂਟ ਐਨੀਮਲ ਹੈਗੇ ਨੇ। ਇਹ ਪਾਰਕ ਯੂਰਪ ਦੀ ਸਭ ਤੋਂ ਪਹਿਲੀ ਪਾਰਕ ਹੈ ਜਿਸ ਵਿੱਚ ਬੰਗਲਾ ਦਾ ਵਾਈਟ ਟਾਈਗਰ ਸ਼ਾਮਲ ਹੈ।
ਜੋ ਕਿ 1994 ਵਿੱਚ ਇਸ ਪਾਰਕ ਦਾ ਮੇਨ ਸਿੰਬਲ ਬਣਿਆ। इस पार्क का नाम ले कुरनेले रखा गया है जी, और इस विच सेल्वे ट्रोपिकाले बने हुए ने। 7000 स्क्वायर मीटर की जगह है जिस विच लंबे पोल लगाए हुए ने और उपरों छत कवर की हुई है ताकि पंछी उड़ ना जान। दो हज़ार नौ विच वैतेरीनारियो एम्बुलाटोरियो जो कि एनिमल डॉक्टर हॉस्पिटल तैयार किया गया तां जो कि बीमार जख्मी हुए एनिमल का इलाज किया जाए। यह है जी फोका कमूने जिसनों पंजाबी और हिंदी विच सील मछली कहते हैं। इस मछली विच जो मेल है वह 2 मीटर की लंबाई ते 150 किलोग्राम के भार वाले होंगे हैं ते जो फीमेल है वह मेल तो छोटी होंगी है। इन्हां दे सुनन की शक्ति बहुत तेज है ते इन्हां दियां अखां भूरे रंग दियां होंदियां ने और यह 200 मीटर की गहराई तक तैर सकते हैं ते 20 मिनट तक पानी विच डुबे रह सकते हैं बिना उपर आए। यह सामने जो तुहानू नज़र आ रहा है जी यह है इंडियन हाथी। इन्हां नू इंडिया श्रीलंका ते साउथ एशिया तो लिया गया है। इन्हां दी उम्र 60 से 70 साल तक की हुंदी है। हाथी एक सोशल एनिमल है ते यह ज़्यादातर ग्रुप विच रहना पसंद करते हैं।
ਆ ਹੈਗਾ ਜੀ ਟਾਈਗਰ ਜੋ ਕਿ ਬੜੇ ਆਰਾਮ ਨਾਲ ਸੁੱਤੇ ਪਏ ਨੇ ਕੋਈ ਫਿਕਰ ਨਹੀਂ ਇਹਨਾਂ ਨੂੰ ਕਿ ਮੈਂ ਰਾਖੀ ਕਰਨੀ ਕਿ ਨਹੀਂ ਇਹ ਉਹ ਫਿਰ ਸੌਂ ਗਿਆ ਚਲੋ ਕਿੰਨਾ ਬੇਫਿਕਰ ਹੋ ਕੇ ਸੁੱਤਾ ਪਿਆ ਇੱਕ ਉਹ ਸਾਹਮਣੇ ਬੈਠਾ ਹੈ ਉਹ ਪਤਾ ਨਹੀਂ ਬੈਠਾ ਬੈਠਾ ਕੀ ਸੋਚ ਰਿਹਾ ਹੈ ਇਹ ਹਾਂਜੀ ਗੁਰੂ ਪੰਜਾਬੀ ਵਿੱਚ ਇਸ ਨੂੰ ਲਾਲ ਮੁਕਟ ਵਾਲੀ ਕ੍ਰੇਨ ਕਿਹਾ ਜਾਂਦਾ ਇਹ ਬਹੁਤ ਪਿਆਰਾ ਜਾਨਵਰ ਹੈ ਇਸ ਦੀ ਆਵਾਜ਼ ਬਹੁਤ ਪਿਆਰੀ ਹੈ ਜੀ ਇਹਨਾਂ ਦੀ ਨਸਲ ਬਹੁਤ ਘੱਟ ਰਹਿ ਗਈ ਹੈ 1700 ਤੋਂ 2000 ਤੱਕ ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਜੀਵਤ ਹਨ ਇਹ ਜੋ ਬਿਲਡਿੰਗ ਤੁਸੀਂ ਦੇਖ ਪਾ ਰਹੇ ਹੈਗੇ ਹਾਂ ਜੀ ਇਹ ਬਿਲਡਿੰਗ ਰੈਪਟਾਈਲਸ ਦੀ ਸੰਭਾਲ ਲਈ ਬਣਾਈ ਹੋਈ ਹੈ ਇਸ ਬਿਲਡਿੰਗ ਅੰਦਰ ਕਈ ਕਿਸਮਾਂ ਦੇ ਸੱਪ ਰੱਖੇ ਹੋਏ ਹਨ ਇਹ ਵੀ ਦੁਨੀਆ ਵਿੱਚ ਬਹੁਤ ਘੱਟ ਰਹਿ ਗਏ ਹਨ ਪਰ ਇੱਥੇ ਇਹ ਪੂਰੀ ਸੰਭਾਲ ਵਿੱਚ ਰੱਖੇ ਹੋਏ ਹਨ ਇਹਨਾਂ ਨੂੰ ਮਨੁੱਖ ਤੋਂ ਬਹੁਤ ਖਤਰਾ ਹੈ ਕਿਉਂਕਿ ਆਮ ਆਦਮੀ ਇਹਨਾਂ ਦਾ ਸ਼ਿਕਾਰ ਕਰਦੇ ਤਾਂ ਕਿ ਉਹ ਇਹਨਾਂ ਨੂੰ ਕਲੈਕਟ ਕਰ ਸਕਣ ਅਤੇ ਇਹਨਾਂ ਦੀ ਚਮੜੀ ਦੀ ਵਰਤੋਂ ਕਰ ਸਕਣ ਇਹ ਹੈਗਾ ਜੀ ਫੈਨੀਕੋਤਰੋ ਮਿਨੋਰੇ ਪੰਜਾਬੀ ਵਿੱਚ ਛੋਟਾ ਰਾਜਹੰਸ ਹੈ ਜੀ ਇਸ ਦੀ ਲੰਬਾਈ 1 ਮੀਟਰ ਤੋਂ ਘੱਟ ਹੈ ਇਸ ਦਾ ਵਜ਼ਨ 2 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੁੰਦਾ ਇਸ ਦੀ ਖਾਸ ਗੱਲ ਇਹ ਹੈ ਕਿ ਜਦੋਂ ਵੀ ਥੱਕ ਜਾਂਦਾ ਤਾਂ ਇੱਕ ਲੱਤ 'ਤੇ ਰਹਿੰਦਾ ਦੂਜੀ ਲੱਤ ਨੂੰ ਫੋਲਡ ਕਰ ਲੈਂਦਾ ਤਾਂ ਜੋ ਕਿ ਲੱਤ ਥੱਕ ਨਾ ਜਾਏ ਤੁਸੀਂ ਜਦੋਂ ਵੀ ਆਏ ਤਾਂ ਇਸ ਜਗ੍ਹਾ ਦੀ ਟਿਕਟ ਸਿਰਫ ਔਨਲਾਈਨ ਮਿਲਦੀ ਔਰ ਬੱਚਿਆਂ ਦੀ ਟਿਕਟ ਵੱਡਿਆਂ ਤੋਂ ਘੱਟ ਰੇਟ ਵਿੱਚ ਮਿਲਦੀ ਹੈ ਜੀ ਅਗਰ ਤੁਸੀਂ ਟਿਕਟ ਬਾਰੇ ਹੋਰ ਜਾਣਕਾਰੀ ਲੈਣੀ ਹੋਏ ਤਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਇੱਕ ਲਿੰਕ ਮਿਲ ਜਾਣਾ ਅਗਰ ਸਾਡੀ ਅੱਜ ਦੀ ਵੀਡੀਓ ਜੋ ਕਿ ਖਾਸ ਬੱਚਿਆਂ ਲਈ ਹੈ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ